ਪਟਿਆਲਾ ਪੁਲਿਸ ਵੱਲੋਂ 24 ਸਾਲਾ ਨੌਜਵਾਨ ਦੇ ਹੋਏ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਗਈ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ SSP ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 6 ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ ਤੇ ਇਸ ਆਪਸੀ ਰੰਜੇ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਸਿਟੀ ਵਿਖੇ 30 ਦਸੰਬਰ ਦੀ ਰਾਤ ਨੂੰ ਇੱਕ ਕਰਨ ਨਾਂ ਦੇ ਨੌਜਵਾਨ ਦਾ ਮਰਡਰ ਹੋਇਆ ਸੀ। ਉਹ ਮਰਡਰ ਉਸ ਟਾਈਮ ਸਾਡੇ ਲਈ ਬਲਾਈਂਡ ਮਰਡਰ ਸੀ ਅਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੈ ਵੀ ਜਿਹੜੇ ਪਿਛਲੇ 2018 ਦੇ ਵਿੱਚ 16 ਕੇਸਿਸ ਪਟਿਆਲਾ ਪੁਲਿਸ ਨੇ ਬਲਾਈਂਡ ਮਰਡਰ ਦੇ ਟਰੇਸ ਕੀਤੇ ਆ। ਉਸੇ ਲੜੀ ਦੇ ਵਿੱਚ ਅਸੀਂ ਇੱਕ ਇਹਦੀ ਕਿਉਂਕਿ ਬਲਾਈਂਡ ਮਰਡਰ ਹੋਇਆ ਸੀ ਉਸ ਦਿਨ ਉਸ ਤੋਂ SPD SPCT ਇੰਸਪੈਕਟਰ CIA ਅਤੇ DSP City 1 ਕੋਤਵਾਲੀ SHO ਇਹਨਾਂ ਦੀ ਇੱਕ ਟੀਮ ਦਾ ਗਠਨ ਕੀਤਾ ਸੀ। ਇਹ ਟੀਮ ਨੇ ਬੜੇ ਸੁਚੱਜੇ ਢੰਗ ਨਾਲ ਤਫਤੀਸ਼ ਕਰਦਿਆਂ ਹੋਇਆਂ ਅਲਟੀਮੇਟਲੀ ਇਹ ਪਾਇਆ ਗਿਆ ਕਿ ਕਰਨ ਕੁਮਾਰ ਦਾ ਮਰਡਰ ਉਸਦੇ 6 ਜਾਣੇ ਅਸੀਂ ਇਹਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ। ਅਸਲ ਦੇ ਵਿੱਚ ਕ੍ਰਿਸਮਿਸ ਵਾਲੇ ਦਿਨ ਇਹਨਾਂ ਦੀ ਝਗੜਾ ਹੋਇਆ ਸੀ। ਝਗੜੇ ਦੇ ਵਿੱਚੋਂ ਇਹਨਾਂ ਦੇ ਮਨ ਦੇ ਵਿੱਚ ਆਪਦੀ ਜਿਹੜਾ ਝਗੜਾ ਹੋਇਆ ਅੰਮ੍ਰਿਤ ਅਤੇ ਚੰਚਲ ਨਾਂ ਦੇ ਲੜਕੇ ਨਾਲ ਹੋਇਆ ਸੀ। ਉਹਨਾਂ ਨੇ ਆਪਦੇ ਮਨ ਦੇ ਵਿੱਚ ਇਹ ਰੱਖ ਲਿਆ ਕਿ ਇਹਦੇ ਤੋਂ ਬਦਲਾ ਲੈਣਾ। 30 ਦੀ ਰਾਤ ਜਿਸ ਦਿਨ ਪੰਚਾਇਤੀ ਇਲੈਕਸ਼ਨਾਂ ਸੀ ਉਸ ਦਿਨ ਉਸ ਦੀ ਰਾਤ ਨੂੰ ਇਹਨਾਂ ਨੇ ਇਹਨੂੰ ਸਕੂਟੀ 'ਤੇ ਆਉਂਦਿਆਂ ਘੇਰ ਲਿਆ। ਘੇਰ ਕੇ ਇਹਦੀ ਪਹਿਲਾਂ ਕੁੱਟਮਾਰ ਕੀਤੀ, ਫਿਰ ਇੱਕ ਕਿਰਚਾ ਅਤੇ ਪੰਚ ਜਿਹੜਾ ਸੀਗਾ ਉਹਦੇ ਮਾਰਿਆ। ਬੇਸਿਕਲੀ ਇਹਦੀ ਮੌਤ ਦਾ ਕਾਰਨ ਕਿਰਚਾ ਨਾਲ ਹੋਇਆ। ਅਸੀਂ ਇਹਨੂੰ ਬੜੀ ਸੁਚੱਜੇ ਢੰਗ ਨਾਲ ਜਦੋਂ ਕਿ ਨਿਊ ਈਅਰ ਦੇ ਫੰਕਸ਼ਨ ਦੀ ਤਿਆਰੀ ਵੀ ਸੀ ਅਤੇ ਉਸ ਤੋਂ ਪਹਿਲਾਂ ਪੰਚਾਇਤੀ ਇਲੈਕਸ਼ਨਾਂ ਵੀ ਉਸ ਦਿਨ ਹੋ ਕੇ ਹਟੀਆਂ ਸੀ ਅਤੇ ਇਹ ਸਾਰੀਆਂ ਡਿਊਟੀਆਂ ਦੇ ਬਾਵਜੂਦ ਇਹ ਟੀਮ ਪਟਿਆਲਾ ਨੇ ਅਫਸਰ ਨੇ ਪੂਰੀ ਮਿਹਨਤ ਕੀਤੀ ਅਤੇ ਅਸੀਂ 6 ਕਾਤਲਾਂ ਨੂੰ ਇੱਕ ਬਲਾਈਂਡ ਮਰਡਰ ਨੂੰ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਅਤੇ 6 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਾਂਗੇ, ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਅਤੇ ਇੱਕ ਇਹਨਾਂ ਦਾ 7ਵਾਂ ਸਾਥੀ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਜਿਹਨੂੰ ਵੀ ਜਲਦ ਗ੍ਰਿਫਤਾਰ